ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਮਨਦੀਪ ਕੌਰ ਸਿੱਧੂ। ਸੋ ਹੁਣ ਅਸੀਂ ਪਿੰਡ ਨਾਰੂ ਨੰਗਲ ਵਿੱਚ ਪਹੁੰਚ ਗਏ ਹਾਂ। ਪਿੰਡ ਨਾਰੂ ਨੰਗਲ ਜਿਹੜਾ ਹੁਸ਼ਿਆਰਪੁਰ ਡਿਸਟ੍ਰਿਕਟ ਵਿੱਚ ਪੈਂਦਾ। ਸੋ ਅਕਸਰ ਹੀ ਮੇਰਾ ਇਹੀ ਮੈਂ ਚਾਹੁੰਦੀ ਹਾਂ ਕਿ ਅਸੀਂ ਦੂਰ ਦੂਰ ਜਿਹੜੇ ਸ਼ਹਿਰ ਤੋਂ ਦੂਰ ਜਿਹੜੇ ਪਿੰਡ ਆ ਉਹਨਾਂ ਵੱਲ ਅਸੀਂ ਵੱਧਦੇ ਜਾਈਏ ਅਤੇ ਸਪੈਸ਼ਲੀ ਛੋਟੇ ਪਿੰਡਾਂ ਵਿੱਚ ਅਸੀਂ ਜਾ ਕੇ ਜਿਹੜੀ ਹੈਲਪ ਕਰੀਏ। ਇਹੋ ਜਿਹੇ ਪਿੰਡ ਜਿੱਥੇ ਸਿਰਫ 100, 150, 200, 300 ਹੀ ਘਰ ਆ, ਜਿੱਥੇ ਕੋਈ ਵੀ ਨਹੀਂ ਆਉਂਦਾ, ਉੱਥੇ ਸਾਡੀ ਟੀਮ ਜਿਹੜੀ ਆ ਪਹੁੰਚੇ। ਸੋ ਇੱਕ ਕੈਂਪੇਨ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਕਿ ਡਿਸਟ੍ਰਿਕਟ ਦੇ ਵਿੱਚ ਕੀਤਾ ਜਾਵੇ। ਜਿੱਦਾਂ ਅਸੀਂ ਅੱਜ ਹੁਸ਼ਿਆਰਪੁਰ ਕੀਤਾ, ਕੱਲ੍ਹ ਅਸੀਂ ਮੁਕਤਸਰ ਕੀਤਾ ਸੀ, ਸਿਰਫ ਇੱਕ ਐਕਟੀਵੇਸ਼ਨ ਕਰਨ ਲਈ ਉਸ ਏਰੀਆ ਦੇ ਵਿੱਚ। ਉਸ ਤੋਂ ਬਾਅਦ ਸਾਡਾ ਹਮੇਸ਼ਾ ਇਹੀ ਮੋਟਿਵ ਹੁੰਦਾ ਕਿ ਅਸੀਂ ਛੋਟੇ ਛੋਟੇ ਪਿੰਡਾਂ ਨੂੰ ਪਹਿਲਾਂ ਕਵਰ ਕਰੀਏ, ਜਿੱਥੇ ਥੋੜੇ ਬੱਚੇ ਨੇ ਜਾਂ ਜਿੱਥੇ ਜ਼ਿਆਦਾ ਲੋੜਵੰਦ ਬੱਚੇ ਨੇ, ਜਿਨ੍ਹਾਂ ਨੂੰ ਸ਼ਹਿਰ ਵਾਲੀ ਜਿੱਦਾਂ ਸ਼ਹਿਰੋਂ ਵੀ ਕੋਈ ਸਪੋਰਟ ਜਿਹੜੀ ਆ ਨਹੀਂ ਹੁੰਦੀ। ਸੋ ਇਹੀ ਮੇਰੀ ਹਮੇਸ਼ਾ ਕੋਸ਼ਿਸ਼ ਆ ਕਿ ਅਸੀਂ ਛੋਟੇ ਛੋਟੇ ਪਿੰਡਾਂ ਨੂੰ ਸਾਡੀ ਟੀਮ ਵਿਜ਼ਿਟ ਕਰੇ, ਦੂਰ ਦੂਰ ਵਿਜ਼ਿਟ ਕਰੇ, ਭਾਵੇਂ ਸਾਨੂੰ ਲੋਜਿਸਟਿਕਸ ਕੋਸਟ ਸਾਨੂੰ ਉਨੀ ਪੈ ਜੇ ਕਈ ਵਾਰੀ ਕਿ ਜਿੰਨੇ ਸਾਡੇ ਸ਼ੂਜ਼ ਹੁੰਦੇ ਆ ਜਿੰਨੇ ਦੇ, ਬਟ ਫਿਰ ਵੀ ਮੈਨੂੰ ਪਤਾ ਹੈ ਕਿ ਬਹੁਤ ਸਾਰੇ ਪਿੰਡ ਆ ਜਿੱਥੇ NGOs ਨਹੀਂ ਪਹੁੰਚ ਪਾਉਂਦੀਆਂ, ਜਿੱਥੇ ਵਾਕਈ ਬੱਚਿਆਂ ਨੂੰ ਬੜੀ ਲੋੜ ਆ, ਅਤੇ ਇਹੋ ਜਿਹੀਆਂ ਜਗ੍ਹਾਵਾਂ 'ਤੇ NGOs ਨੂੰ ਜਾਣ ਦੀ ਲੋੜ ਆ। ਸਾਨੂੰ ਥੋੜ੍ਹਾ ਜਿਹਾ ਲੋਜਿਸਟਿਕਸ, ਥੋੜ੍ਹਾ ਜਿਹਾ ਟਰੈਵਲਿੰਗ ਕਸ਼ਟ ਕਰਨ ਦੀ ਲੋੜ ਆ, ਅਤੇ ਅਸੀਂ ਉਹੋ ਜਿਹੀ ਜਗ੍ਹਾ 'ਤੇ ਪਹੁੰਚੀਏ ਜਿੱਥੇ ਵਾਕਈ ਬੱਚੇ ਸਾਡੀ ਵੇਟ ਕਰ ਰਹੇ ਨੇ, ਜਿੱਥੇ ਵਾਕਈ ਬਹੁਤ ਜ਼ਿਆਦਾ ਲੋੜ ਆ। ਮੈਂ ਹੁਣੇ ਬੱਚੇ ਮੇਰੇ ਅੱਗੋਂ ਲੰਘ ਰਹੇ ਨੇ, ਮੈਂ ਦਿਖਾਉਣਾ ਚਾਹੁੰਦੀ ਤੁਹਾਨੂੰ ਕਿ ਚੱਪਲਾਂ ਪਾ ਕੇ ਆਏ ਸਕੂਲ। ਸੋ ਹੁਣੇ ਇੱਕ ਬੱਚਿਆਂ ਦੀ ਲਾਈਨ ਮੇਰੇ ਲਾਗੋਂ ਗਈ ਹੈ। ਸਾਰਿਆਂ ਬੱਚਿਆਂ ਨੇ ਇਹ ਚੱਪਲਾਂ ਹੀ ਪਾਈਆਂ ਨੇ, ਅਤੇ ਸਰਦੀਆਂ 'ਚ ਦੇਖੋ ਇਹਨਾਂ ਨੂੰ ਕਿੰਨੀ ਪ੍ਰੋਬਲਮ ਆ। ਇਹੀ ਬੱਚਿਆਂ ਦੇ ਜੇ ਅਸੀਂ ਧਿਆਨ ਨਾਲ ਪੈਰ ਚੈੱਕ ਕਰਾਂਗੇ ਤਾਂ ਬਹੁਤ ਸਾਰੇ ਬੱਚਿਆਂ ਦੇ ਚੋਟ ਲੱਗੀ। ਹੁਣੇ ਆਪਾਂ ਪਹਿਲਾਂ ਜਿਹੜਾ ਸਕੂਲ ਵਿਜ਼ਿਟ ਕੀਤਾ, ਤੁਸੀਂ ਵੀਡੀਓ ਦੇਖਿਓ ਕਿ ਕਿੰਨੀ ਜ਼ਬਰਦਸਤ ਬੱਚਿਆਂ ਦੇ ਪੈਰਾਂ 'ਚ ਸੱਟਾਂ ਲੱਗੀਆਂ ਕਿ ਬੂਟ ਵੀ ਉਹ ਕੀ ਪਾਉਣਗੇ। ਸੋ ਜਿਹੜੇ ਮੈਡੀਕਲ ਕਾਲਜਿਸ ਨੇ, ਡਾਕਟਰਸ ਨੇ ਸ਼ਹਿਰ ਦੇ, ਉਹਨਾਂ ਦਾ ਇਹ ਡਿਊਟੀ ਬਣਦੀ ਹੈ ਕਿ ਥੋੜ੍ਹੀ ਬਹੁਤੀ ਸੇਵਾ ਆਪਣੀ ਸਰਕਾਰੀ ਸਕੂਲਾਂ ਵਿੱਚ ਵੀ ਜਾ ਕੇ ਕਰਨ ਕਿ ਉਹਨਾਂ ਨੂੰ ਬੈਂਡੇਡ ਪ੍ਰੋਵਾਈਡ ਕਰਨ, ਉਹਨਾਂ ਡਿਟੋਲ ਲਾਉਣ ਕਿ ਉਹਨਾਂ ਦੇ ਜ਼ਖਮ ਆ ਜਲਦੀ ਠੀਕ ਹੋ ਜਾਣ। ਜੇ NGOs ਬੂਟਾਂ ਨਾਲ ਹੈਲਪ ਵੀ ਕਰ ਰਹੀਆਂ, ਉਹ ਐਟਲੀਸਟ ਉਹਨਾਂ ਦੇ ਪੈਰ ਜਿਹੜੇ ਆ ਉਹ ਬੂਟ ਪਾਉਣ ਜੋਗੇ ਜਿਹੜੇ ਆ ਹੋ ਜਾਣ। ਸੋ ਅੱਜ ਮੈਨੂੰ ਬੜੀ ਖੁਸ਼ੀ ਹੋਈ ਆ ਨਾਰੂ ਨੰਗਲ ਪਿੰਡ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਖੁਸ਼ੀ ਦੀ ਇਹ ਗੱਲ ਆ ਕਿ ਇੱਥੇ ਸਰਪੰਚ ਆ ਜਿਹੜੇ ਉਹ ਇੱਕ ਲੇਡੀ ਆ, ਅਤੇ ਉਹ ਖੁਦ ਵੀ ਇੱਥੇ ਆਏ ਨੇ। ਅਤੇ ਇੱਕ ਗੱਲ ਦੀ ਸੌਰੀ ਕਿ ਅਸੀਂ ਇਸ ਸਕੂਲ ਵਿੱਚ ਅੱਜ ਬਹੁਤ ਲੇਟ ਹੋ ਗਏ ਹਾਂ, ਬੱਚਿਆਂ ਨੂੰ ਵੇਟ ਕਰਨਾ ਪਿਆ ਅੱਜ, ਬਟ ਫਿਰ ਵੀ ਸਟਾਫ ਦਾ, ਪਿੰਡ ਦਾ ਬਹੁਤ ਅੱਛਾ ਸਹਿਯੋਗ ਆ, ਮੈਨੂੰ ਬੜਾ ਅੱਛਾ ਲੱਗਾ। ਅਤੇ ਇਸ ਪਿੰਡ ਜਿਹੜੇ ਸਰਪੰਚ ਆ ਉਹ ਇੱਕ ਲੇਡੀ ਆ, ਅਤੇ ਮੈਂ ਉਹਨਾਂ ਤੋਂ ਇਹ ਜਾਣਨਾ ਚਾਹੁੰਦੀ ਕਿ ਕਿੱਡਾ ਕੁ ਵੱਡਾ ਇਹ ਪਿੰਡ ਆ, ਅਤੇ ਕਿੰਨੇ ਕੁ ਇੱਥੇ ਘਰ ਨੇ, ਕਿੰਨੀ ਕੁ ਆਬਾਦੀ ਆ, ਜਾਂ ਕਿੰਨੇ ਕੁ ਲੋੜਵੰਦ ਇੱਥੇ ਪਰਿਵਾਰ ਨੇ, ਕਿੰਨੇ ਕੁ ਲੋੜਵੰਦ ਜਿਹੜੇ ਬੱਚੇ ਨੇ ਜਿਹੜੇ ਕਿਤੇ ਸਰਕਾਰੀ ਸਕੂਲਾਂ 'ਚ ਆ ਰਹੇ ਨੇ, ਉਹ ਪ੍ਰਾਈਵੇਟ ਸਕੂਲ 'ਚ ਕਿਉਂ ਨਹੀਂ ਜਾ ਰਹੇ, ਜਾਂ ਆਪਾਂ ਨੂੰ ਉਹਨਾਂ ਨੂੰ ਕਿਹੜੀ ਕਿਹੜੀ ਫੈਸਿਲਿਟੀਜ਼ ਦੀ ਇਸ ਪਿੰਡ ਵਿੱਚ ਜ਼ਰੂਰਤ ਆ। ਹੁਸ਼ਿਆਰਪੁਰ ਡਿਸਟ੍ਰਿਕਟ ਦੇ ਜਿਹੜੇ ਕਿ ਕੋਈ ਸੋਸ਼ਲ ਵਰਕ ਕਰਨਾ ਚਾਹੁੰਦੇ ਨੇ, ਉਹ ਇੱਦਾਂ ਹੌਲੀ ਹੌਲੀ ਪਿੰਡਾਂ ਨਾਲ ਜਿਹੜਾ ਜੋੜ ਸਕਦੇ ਨੇ ਤਾਂ ਕਿ ਉਹਨਾਂ ਦੀ ਕੰਟੀਨਿਊਸ ਜਿਹੜੀ ਮਦਦ ਹੋ ਸਕੇ। ਥੋੜ੍ਹਾ ਜਿਹਾ ਇਹਨਾਂ ਦੇ ਪਿੰਡ ਬਾਰੇ ਅਸੀਂ ਜਾਣਦੇ ਹੁਣੇ। ਭੇਦਭਾਵ ਨੀ ਰੱਖਿਆ ਹੈ ਵੀ ਕੋਈ ਸਾਡਾ ਕਿਸ ਤਰ੍ਹਾਂ ਹੈ ਕਿ ਨਹੀਂ, ਹਰ ਇੱਕ ਦਾ, ਗਰੀਬ ਦਾ ਅਸੀਂ ਜ਼ਿਆਦਾ ਦੁਆ ਕਰੀਦਾ ਆ ਜੋ ਵੀ ਸਾਤੋਂ ਹੋ ਸਕਦਾ। ਸਾਡੇ ਇੱਥੇ 150-200 ਘਰ ਹੈਗਾ ਆ ਨਾਮ ਨੰਗਲ 'ਚ, ਖਾ 'ਚ। ਇਸ ਸਕੂਲ 'ਚ ਸਾਡੇ ਜਿੱਦਣ ਮੈਡਮ ਮੈਂ ਪਹਿਲਾਂ ਸਰਪੰਚ ਬਣੀ ਉਸ ਟਾਈਮ ਇੱਥੇ 3-4 ਫੁੱਟ ਮੈਂ ਮਿੱਟੀ ਪਵਾਈ ਭਰਤੀ, ਜਦੋਂ ਬਾਰਿਸ਼ ਆਉਣੀ ਪਾਣੀ ਬੱਚਿਆਂ ਨੂੰ ਪਹਿਲਾਂ ਹੀ ਛੁੱਟੀ ਕਰ ਦੇਣੀ। ਇਹ ਸਕੂਲ ਦਾ ਸੁਧਾਰ ਮੈਂ ਬਣਨ 'ਤੇ ਇਹ ਸਾਰਾ ਕੀਤਾ, ਕਮਰੇ ਬਣਾਏ, ਸਭ ਕੁਛ ਕੀਤਾ, ਇਹਨਾਂ ਦਾ ਬਹੁਤ ਸਹਿਯੋਗ ਕੀਤਾ। ਹਾਂਜੀ, ਅਤੇ ਬੱਚੇ ਸਾਡੇ ਜਿਹੜੇ ਇੱਥੇ ਪਬਲਿਕ ਹੈ ਸਾਡੀ, ਇਹ ਬਹੁਤ ਗਰੀਬ ਤਬਕੇ ਦੀ ਆ ਮੈਡਮ। SC ਬਰਾਦਰੀ ਜਾ ਰਹੇ ਆ, BC ਤਾਂ SC ਆ। ਇਹ ਸਕੂਲ 'ਚ ਸਾਡੇ 3-4 ਪਿੰਡਾਂ ਦੇ ਬੱਚੇ ਜਿਹੜੇ ਪੜ੍ਹਨ ਆਉਂਦੇ ਆ, ਅਤੇ ਕੋਈ ਸਾਡੇ ਇੱਥੇ ਕੋਈ ਸਰਵਿਸਮੈਨ ਹੋਊਗਾ ਮੈਡਮ, ਸਭ ਦਿਹਾੜੀਦਾਰ ਬੰਦੇ ਆ, ਜ਼ਿਆਦਾ ਗਰੀਬ ਆ, ਗਰੀਬੀ ਕਰਕੇ ਇਹਨਾਂ ਸਕੂਲਾਂ 'ਚ ਬੱਚੇ ਪੜ੍ਹਦੇ ਆ। ਅਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਇਹਨਾਂ ਬੱਚਿਆਂ ਬਾਰੇ ਸੋਚਿਆ ਜਾਵੇ, ਹੋਰ ਵੀ ਸੰਸਥਾਵਾਂ ਜਿੱਦਾਂ ਹੁਣ ਮੈਡਮ ਤੁਸੀਂ ਆਏ ਆ, ਹੋਰ ਵੀ ਆਉਣਾ ਚਾਹੀਦੇ ਆ ਸਾਡੇ ਇੱਥੇ। ਹਾਂਜੀ, ਠੀਕ ਆ, ਬਹੁਤ ਬਹੁਤ ਸ਼ੁਕਰੀਆ ਤੁਹਾਡੇ ਨਾਲ ਜੁੜਨ ਲਈ। ਬੜੀ ਮੈਨੂੰ ਖੁਸ਼ੀ ਹੋਈ ਕਿ ਤੁਹਾਡੇ ਨਾਲ ਅਸੀਂ ਗੱਲ ਕੀਤੀ ਆ। ਸੋ ਸਕੂਲ
ਸਾਡੇ ਟੀਚਰਸ ਵੀ ਇੱਥੇ ਹੈਗੇ ਨੇ ਸੋ ਅਸੀਂ ਤੁਹਾਨੂੰ ਸ਼ੂ ਗਿਵਿੰਗ ਕੈਂਪੇਨ ਅਸੀਂ ਵੇਖਦੇ ਹਾਂ ਸੋ ਪਿਛਲੇ ਸ਼ੂ ਗਿਵਿੰਗ ਕੈਂਪੇਨ 'ਚ ਮੈਨੂੰ ਮੌਕਾ ਨਹੀਂ ਮਿਲਿਆ ਅਤੇ ਹੁਣ ਮੈਂ ਸ਼ੂਜ਼ ਪਵਾਉਣੇ ਆ ਅਤੇ ਤੁਸੀਂ ਵੀਡੀਓ ਵਿੱਚ ਨਾਲ ਲਾਈਵ ਰਹਿਣਾ ਅਤੇ ਬੱਚਿਆਂ ਨੂੰ ਅਸੀਂ ਵੇਖਣਾ ਅਸੀਂ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਅਤੇ ਅਸੀਂ ਉਹਨਾਂ ਨੂੰ ਸ਼ੂਜ਼ ਪਵਾਉਣੇ ਨੇ ਹੁਣ ਅਤੇ ਮੇਰੀ ਬੜੀ ਚਾਹ ਵਾ ਕਿ ਜਿਹੜੇ ਵੀ ਸਾਡੇ ਜਿੰਨੇ ਵੀ ਸਪੋਰਟਰਸ ਨੇ ਹਮੇਸ਼ਾ ਸਾਨੂੰ ਲਾਈਵ ਵੀਡੀਓਜ਼ 'ਚ ਵੇਖਣ ਉਹਨਾਂ ਦੀ ਵੀ ਮਨ 'ਚ ਤਮੰਨਾ ਹੋਵੇ ਕਿ ਉਹ ਸਾਡੇ ਸ਼ੂ ਗਿਵਿੰਗ ਕੈਂਪੇਨਸ ਦੇ ਵਿੱਚ ਜ਼ਰੂਰ ਕਦੀ ਨਾ ਕਦੀ ਪਾਰਟੀਸਪੇਟ ਕਰਨ ਸੋ ਮੈਨੂੰ ਤਾਂ ਲੱਗਦਾ ਕਿ ਮੈਂ ਇਹੀ ਕੌਜ਼ ਸ਼ਾਇਦ ਐਡਰੈਸ ਕਰਦੀ ਰਹਾਂਗੀ ਬੜਾ ਅੱਛਾ ਕੌਜ਼ ਆ ਸੋ ਛੋਟੇ ਬੱਚਿਆਂ ਲਈ ਅਸੀਂ ਹਮੇਸ਼ਾ ਕੰਮ ਕਰਦੇ ਰਹਾਂਗੇ ਅਤੇ ਮੇਰੀ ਬੜੀ ਚਾਹ ਹੈ ਕਿ ਜਿਹੜੇ ਵੋਲੰਟੀਅਰਸ ਜਾਂ ਜਿਹੜੇ ਵੀ ਸਪੋਰਟਰਸ ਹਮੇਸ਼ਾ ਸਾਨੂੰ ਫੇਸਬੁੱਕ 'ਤੇ ਫੋਲੋ ਕਰਦੇ ਨੇ ਫੇਸਬੁੱਕ 'ਤੇ ਇੰਨਾ ਪੋਜ਼ਿਟਿਵਲੀ ਸਾਡੇ ਲਈ ਯੂਨੋ ਇੰਨੀਆਂ ਦੁਆਵਾਂ ਦੇ ਰਹੇ ਨੇ ਇੰਨਾ ਮੈਨੂੰ ਇਨਕਰੇਜ ਕਰ ਰਹੇ ਨੇ ਉਹ ਵੀ ਜ਼ਰੂਰ ਕਦੇ ਨਾ ਕਦੇ ਤੁਹਾਨੂੰ ਛੁੱਟੀਆਂ ਹੁੰਦੀਆਂ ਜਾਂ ਜਦੋਂ ਵੀ ਤੁਸੀਂ ਟਾਈਮ ਕੱਢ ਸਕਦੇ ਹੋ ਕਿ ਤੁਸੀਂ ਜ਼ਰੂਰ ਸਾਡੇ ਨਾਲ ਮੇਰੇ ਨਾਲ ਬੈਠ ਕੇ ਜਿਹੜਾ ਵਾ ਸ਼ੂ ਗਿਵਿੰਗ ਕੈਂਪੇਨ 'ਚ ਪਾਰਟੀਸਪੇਟ ਕਰੋ ਕਿ ਅਸੀਂ ਇਕੱਠੇ ਬੱਚਿਆਂ ਨੂੰ ਸ਼ੂਜ਼ ਪਵਾਈਏ ਅਸੀਂ ਇਕੱਠੇ ਉਹ ਫੀਲਿੰਗ ਲਈਏ ਕਿ ਹਾਂ ਕਿੰਨਾ ਅੱਛਾ ਸਾਨੂੰ ਫੀਲ ਹੁੰਦਾ ਅਤੇ ਕਿੰਨੀ ਅਸੀਂ ਬੱਚਿਆਂ ਨੂੰ ਆਰਾਮ ਜਿਹੜਾ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਸੋ ਅੱਗੇ ਅੱਗੇ ਸਰਦੀਆਂ ਆ ਜਾਣੀਆਂ ਅਸੀਂ ਕਿੰਨੇ ਹੀ ਸਕੂਲ ਵੇਖਣੇ ਆ ਜਿੱਥੇ ਸਰਦੀਆਂ ਭਰ ਸਰਦੀ 'ਚ ਧੁੰਦ ਦੇ ਵਿੱਚ ਵੀ ਬੱਚੇ ਜਿਹੜੇ ਆ ਚੱਪਲਾਂ ਦੇ ਵਿੱਚ ਸਕੂਲ ਆਉਣਗੇ ਅਤੇ ਉਦੋਂ ਅਸੀਂ ਉਹਨਾਂ ਨੂੰ ਸ਼ੂਜ਼ ਦੇਵਾਂਗੇ ਅਤੇ ਮੈਨੂੰ ਲੱਗਦਾ ਕਿ ਸਾਡੀ ਸਾਰਿਆਂ ਦੀ ਰੂਹ ਨੂੰ ਬਹੁਤ ਜ਼ਿਆਦਾ ਸਕੂਨ ਮਿਲੇਗਾ ਕਿ ਅਸੀਂ ਇੱਕ ਪਿਆਰੇ ਜਿਹੇ ਮਾਸੂਮ ਜਿਹੇ ਬੱਚੇ ਕਿ ਜਿਹਨੂੰ ਆਪ ਨਹੀਂ ਪਤਾ ਕਿ ਮੈਨੂੰ ਠੰਡ ਲੱਗ ਰਹੀ ਹੈ ਜਾਂ ਮੈਂ ਠੰਡ ਦੇ ਨਾਲ ਬਿਮਾਰ ਹੋ ਰਿਹਾ ਵਾਂ ਉਹਨੂੰ ਅਸੀਂ ਇੱਕ ਸਕੂਨ ਪ੍ਰੋਵਾਈਡ ਕਰੀਏ ਉਹਨੂੰ ਅਸੀਂ ਯੂਨੋ ਇੰਨਾ ਪਿਆਰ ਇੰਨਾ ਦੁਲਾਰ ਜਿਹੜਾ ਅਸੀਂ ਉਹਨੂੰ ਦਈਏ ਸੋ ਸ਼ੂ ਗਿਵਿੰਗ ਕੈਂਪੇਨ ਮੈਂ ਤੁਹਾਨੂੰ ਦਿਖਾਉਂਦੀ ਹਾਂ ਸਕੂਲ ਦੇ ਟੀਚਰਸ ਨੇ ਤੁਹਾਡਾ ਨਾਮ ਦੱਸੋ ਮੇਰਾ ਨਾਮ ਕਿਰਨਦੀਪ ਹਾਂ ਸੋ ਕਿਰਨਦੀਪ ਪਾਰਟੀਸਪੇਟ ਕਰ ਰਹੇ ਨੇ ਖੁਦ ਸ਼ੂਜ਼ ਪਵਾ ਰਹੇ ਨੇ ਬੱਚਿਆਂ ਨੂੰ ਤੁਹਾਡਾ ਨਾਮ ਕੀ ਹੈ ਹਾਂ ਕੀ ਕਰਦੇ ਹੋ ਮੈਡਮ ਤੁਹਾਨੂੰ ਪਤਾ ਪਤਾ
अपनी जगह पर शूज़ दें दे तो मेरी तुम्हें रिक्वेस्ट है कि प्लीज़ तुम क्वालिटी शूज़ ही दो एक्शन बाटर लिबर्टी या फिर एशियन कंपनी भी तुम चूज़ कर सकते हो जो थोड़ा घट बजट में जाना है तो प्लीज़ बच्चों अच्छे शूज़ ही दो कि वाकई उन्होंने सर्दियाँ निकल सकन जे महीने बाद शूज़ टुट ही जाने या वो पतले जे शूज़ आ जिन्होंने नेग ही नहीं देना तो फिर आप फॉरमैलिटी कर कोई फायदा नहीं है सो इस करके असी बजट जो नीयरली 300 रखा है हालांकि साड़ी एडमिन कॉस्ट बड़ी मुश्किल निकलती है तो निकलती ही नहीं है साढ़े जनरल डोनर ही सानू सपोर्ट करते हैं तो जनरल डोनर ही सानू सपोर्ट करते हमेशा साड़ी एडमिन कॉस्ट की शूज की जी कॉस्ट है वो 300 उसकी एवरेज कॉस्ट है 272-280 रुपीज तो जिन्या भी एन जी ओज शूज़ से काम कर दी उन्होंने मैं दसना चाहवागी कि इस तरह का शू दो हमेशा जिदा कि एक्शन कंपनी का शू आ गोला वर्जन इन असं कहें जोड़ा कि आ चेती वाले शूज होंगे इस शू के नाल जेडे कि बक्कल गर्ल्स नू नहीं बनने पैंदे उन्होंने बक्कल नहीं टुटते तो ये शू वो स्पोर्ट्स लिए भी वरत सकते बच्चे खेड मार सकते कितने पा सकते हैं वो स्कूल पा के आ सकते हैं इन्ना खेड भी सकते हैं तो पूरे कवर्ड आ शूज़ कि विंटर्स विच वो इन्हों नेक देंगे सो इदा ही नहीं असी फाइनल किया बड़ा असी स्टैंडर्ड सैट किया कि असी यही शूज़ जेडे देने वो भी अच्छी कंपनी के देने बिकॉज बाकी असी चाहते कि बच्चा एटलीस्ट एक साल वो शू पा सके या अगले साल वो किसी को दे सके सो रिक्वेस्ट करा सारे कि अच्छा ही शूज तुम चूज करो ओके चलो जी ओहो ये सट लगी है हम ये बच्चे तो देखो कि कितनी बुरी तरह पैर से ये सट लगी है असी इन शू भी नहीं पवा सकते सो इस तरह के जोड़े जख्म आ बच्चों के पैरों बिकॉज पैर ही है जोड़ा हमेशा थले लगता है जमीन पर सो बहुत सारे जाने मैंने क्वेश्चन करते हैं कि शूज़ क्यों इस तो पहला होर बड़ी चीज़ा जिन्हें की लड़ है उन्होंने दसना चाहवागी कि इन्नी छोटी एज के बच्चे गर्ल लाइक राइट इस तरह के उन्होंने पैरों के जख्म आ जिन्हों वाल कोई ध्यान भी नहीं दे रहा कोई डिटॉल नहीं लग रही कोई बैंडेड नहीं लग रही सो इस तरह के जोड़े जख्म आ इन्हों तो बहुत सारी इनफेक्शन जी बॉडी में चल जाती बहुत सारी इनफेक्शन ढिड जिन्हें कीड़े हो जाते बच्चों के ओवरऑल उन्होंने जोड़ा इम्यून सिस्टम आ या ओवरऑल उन्होंने बॉडी वीकनेस आ जाती है इंटरनल जी कीड़े या वॉर्म्स उन्होंने ढिड में वो उन्होंने एक्सैसिव इंटस्टाइन में ब्लड लॉस कर देंगे जिन्हें करके उन्होंने एनेमिया भी हो सकता है तो होर बड़िया तरह दीमारियां घिर जाते हैं ओवरऑल न्यूट्रिशनल जोड़ा कंटेंट आ सारा ही बच्चे जो लूज हो जाता है हम इस बच्चे असं शूज़ नहीं पवा सकते इनू असी घर वास्ते शूज़ दे देंगे कि जो जख्म ठीक हो जाएगा तो फिर इनू पा सके ठीक है ये घर पाने जो ठीक हो जाएगा तो इनू रोज़ धोना वा
ਠੀਕ ਹੈ, ਉੱਪਰ ਤੇਲ ਲਾ ਲਓ ਜਾਂ ਡਿਟੋਲ ਲਾ ਲਓ, ਇਹਨੂੰ ਸਾਬਣ ਨਾਲ ਬਹੁਤ ਸਾਫ ਕਰਨਾ, ਜਲਦੀ ਜਲਦੀ ਠੀਕ ਕਰਕੇ ਅਤੇ ਫੂਡ ਪਾਉਣੇ ਆਲੂ ਜਿਹੜੀ ਤੁਹਾਡਾ ਹੀ ਆ ਜਾਓ ਤੁਸੀਂ।